ਕਰੀ ਸਾਹਿਬ ਤੁਸੀਂ ਇੰਡੀਆ 'ਚ ਪੈਰ ਰੱਖਣਾ ਚਾਹੁੰਦੇ ਜੀ? ਬਿਲਕੁਲ ਜਾਓ ਰੱਖ ਤੇ ਆਓ। ਇਹ ਸਾਰੇ ਪਿੰਡ ਆ ਰਹੇ ਨੇ ਜੀ। ਅਗਰ ਸਾਡਾ ਕੋਈ ਦੋਸਤ ਇੰਡੀਆ ਤੋਂ ਇਸ ਪਿੰਡਾਂ ਦੇ ਵਿੱਚ ਹੋਵੇ, ਬੋਤਲ ਬਾਹਰ ਬੋਤਲ ਮਰੰਡੇ ਵਾਲੀ ਬੋਤਲ 26 RB ਪਿੰਡ ਜਿਹੜਾ ਸਾਹਮਣੇ, ਜਿਹੜਾ ਪਾਕਿਸਤਾਨ ਦਾ ਪਿੰਡ ਹੈ, ਇਹ ਜਿਹੜਾ ਨਾ ਇਹ ਥੋੜ੍ਹਾ ਜਿਹਾ ਇਹ ਚੁੱਕਿਆ, ਇਹਨੂੰ ਇੰਡੀਆ ਦੇ ਵਿੱਚ ਸੱਟਨੇ ਆ। ਅਸਲਾਮ ਅਲੈਕੁਮ ਗਾਈਜ਼, ਵੈਲਕਮ ਬੈਕ ਇੱਕ ਨਵੇਂ ਅਤੇ ਬਿਹਤਰੀਨ ਵਲੋਗ ਦੇ ਨਾਲ ਹੋ ਗਿਆ ਜੀ ਹਾਜ਼ਰ। ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਕਰਦੇ ਹਾਂ ਕਿ ਸਾਨੂੰ ਵੇਖਣ ਵਾਲੇ ਬਿਲਕੁਲ ਠੀਕ ਹੋਣਗੇ, ਔਰ ਅਸੀਂ ਵੀ ਦੁਆ ਕਰਦੇ ਹਾਂ ਕਿ ਅੱਲਾਹ ਪਾਕ ਹਮੇਸ਼ਾ ਉਹਨਾਂ ਨੂੰ ਠੀਕ ਰੱਖੇ। ਅੱਜ ਦਾ ਵਲੋਗ ਬੜਾ ਕਮਾਲ ਦਾ ਬਿਹਤਰੀਨ ਹੋਣ ਵਾਲਾ ਜੀ। ਅੱਜ ਜਾ ਰਹੇ ਹਾਂ ਬਾਰਡਰ 'ਤੇ, ਅਤੇ ਬਾਰਡਰ ਦਾ ਬਹੁਤ ਹੀ ਖੂਬਸੂਰਤ ਏਰੀਆ ਜਿਹੜਾ ਕਿ ਇੰਡੀਆ ਦਾ ਪਿੰਡ ਔਰ ਪਾਕਿਸਤਾਨੀ ਪਿੰਡ ਕੋਲ ਨੇ, ਉਸ ਜਗ੍ਹਾ 'ਤੇ ਜਿੱਥੇ ਪਹਿਲੇ ਜਦੋਂ ਵੰਡ ਹੋਈ ਸੀ, ਇੱਕ ਪਿੰਡ ਜਿਹੜਾ ਸੀ ਉਹ ਅੱਧਾ ਇੰਡੀਆ ਵਾਲੀ ਸਾਈਡ 'ਤੇ ਆ ਗਿਆ ਸੀ, ਅੱਧਾ ਪਾਕਿਸਤਾਨ ਵਾਲੀ ਸਾਈਡ 'ਤੇ ਆ ਗਿਆ ਸੀ। ਫਿਰ ਇੰਡੀਆ ਵਾਲੀ ਸਾਈਡ 'ਤੇ ਜਿਹੜਾ ਆ ਗਿਆ ਸੀ, ਉਹਨਾਂ ਨੇ ਉੱਥੋਂ ਵਾਲੇ ਲੋਕ ਸਾਰੇ ਉਠਾ ਕੇ ਥੋੜ੍ਹਾ ਜਿਹਾ ਪਿੱਛੇ ਜਾ ਕੇ ਪਿੰਡ ਬਣਾ ਲਿਆ ਆਪਣਾ। ਉੱਥੇ ਹੁਣ ਇੰਡੀਆ ਵਾਲੀ ਸਾਈਡ 'ਤੇ ਪਿੰਡ ਨਹੀਂ ਹੈਗਾ, ਉਹਨਾਂ ਨੇ ਥੋੜ੍ਹਾ ਜਿਹਾ 1 ਕਿਲੋਮੀਟਰ ਅੱਧਾ ਕਿਲੋਮੀਟਰ ਪਿੱਛੇ ਕਰ ਦਿੱਤੇ। ਪਾਕਿਸਤਾਨ ਵਾਲੀ ਸਾਈਡ 'ਤੇ ਉਹ ਪਿੰਡ ਮੌਜੂਦ ਹੈ ਜਿਹੜਾ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਇੰਡੀਆ ਵਾਲੀ ਸਾਈਡ 'ਤੇ ਉੱਥੋਂ ਜਿਹੜਾ ਦੱਸਦੇ ਨੇ ਲੋਕ ਕਿ ਨੀਆਂ ਹਲੇ ਵੀ ਥੱਲੋਂ ਨਾ ਜ਼ਮੀਨ ਵੰਨਦੇ ਨੇ ਅਤੇ ਇੱਟਾਂ ਨਿਕਲਦੀਆਂ ਨੇ, ਕਿਉਂਕਿ ਉਹ ਬੁਨਿਆਦਾਂ ਜਿਹੜੀਆਂ ਨੇ ਜ਼ਮੀਨ ਦੇ ਥੱਲੇ ਹਲੇ ਵੀ ਮੌਜੂਦ ਨੇ। ਉੱਥੇ ਜਾਵਾਂਗੇ ਉਸ ਪਿੰਡ 'ਚ, ਉਹ ਪਿੰਡ ਅੱਜ ਤੁਹਾਨੂੰ ਪੂਰੀਆਂ ਤਸੱਲੀਆਂ ਨਾਲ ਦਿਖਾਉਣਾ। ਦੂਸਰਾ, ਚਾਹਤ ਫਤਿਹ ਅਲੀ ਖਾਨ ਦਾ ਗਾਣਾ ਯੂਟਿਊਬ ਨੇ ਡਿਲੀਟ ਕਰ ਦਿੱਤਾ ਜੀ। ਆਏ ਹਾਏ, ਓਏ ਹੋਏ, ਬਦੋ ਬਦੀ 28 ਮਿਲੀਅਨ ਹੋ ਗਿਆ ਸੀ, ਅਤੇ ਉਹ ਵੀ ਬੜਾ ਪਰੇਸ਼ਾਨ ਹੈ ਗਰੀਬ ਕਿ ਮੇਰੇ ਨਾਲ ਇਹ ਕੀ ਕੀਤਾ, ਉਹ ਸਟ੍ਰਾਈਕ ਯੂਟਿਊਬ ਨੇ ਦਿੱਤੀ, ਉਹਦੀ ਵਜ੍ਹਾ ਤੋਂ ਡਿਲੀਟ ਹੋ ਗਿਆ ਜੀ। ਤੁਸੀਂ ਚੈਨਲ ਨੂੰ ਆਪਣੇ ਨਾਲ ਸਬਸਕ੍ਰਾਈਬ ਕਰ ਦੇਣਾ, ਵੀਡੀਓ ਨੂੰ ਲਾਜ਼ਮੀ ਕਰਨਾ ਲਾਈਕ, ਅਤੇ ਕਮੈਂਟ ਜਿਹੜਾ ਉਹ ਕਰਨਾ ਨਹੀਂ ਭੁੱਲਣਾ। ਇੰਡੀਆ ਤੋਂ ਜਿਹੜੇ ਜਿਹੜੇ ਦੋਸਤ ਕਿਸੇ ਸ਼ਹਿਰ 'ਚੋਂ ਜਾਂ ਕਿਸੇ ਵੀ ਪਿੰਡ 'ਚੋਂ ਇਹ ਵੇਖਦੇ ਨੇ, ਉਹ ਨਾਲ ਜ਼ਰੂਰ ਦੱਸਣ ਕਿ ਅਸੀਂ ਇਸ ਸ਼ਹਿਰ ਔਰ ਇਸ ਪਿੰਡ ਤੋਂ ਵੇਖ ਰਹੇ ਹਾਂ। ਅਤੇ ਜਿਹੜੇ ਇਸ ਪਿੰਡ ਦੇ ਸਾਹਮਣੇ 28 ਪਿੰਡ 26 ਪਿੰਡ ਇਸ ਤਰ੍ਹਾਂ ਦੇ ਪਿੰਡ ਨੇ RP ਨਾਲ ਉਹਨਾਂ ਦਾ ਲੱਗਦਾ, ਉੱਥੋਂ ਜਿਹੜੇ ਦੋਸਤ ਵੇਖਣ ਉਹ ਵੀ ਸਾਨੂੰ ਜ਼ਰੂਰ ਦੱਸਣ। ਅਤੇ ਆਓ ਹੁਣ ਚੱਲਦੇ ਆਪਾਂ ਵੀਡੀਓ ਦੀ ਤਰਫ ਜੀ। ਅਸੀਂ ਹੁਣ ਪਹੁੰਚ ਗਏ ਹਾਂ ਬਿਲਕੁਲ ਬਾਰਡਰ ਦੇ ਕਰੀਬ। ਬਾਰਡਰ ਇੱਥੋਂ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਹੋਣਾ, ਨਾਲ ਨਾਲ ਥੋੜ੍ਹੀ ਥੋੜ੍ਹੀ ਆਬਾਦੀ, 15 ਤੋਂ 20 ਘਰ ਜਿਹੜੇ ਨੇ ਸੜਕਾਂ ਦੇ ਨਾਲ ਬੈਠੇ ਨੇ। ਕੱਚੇ ਮਕਾਨ ਬੜੇ ਖੂਬਸੂਰਤ, ਕੱਚੇ ਮਕਾਨਾਂ ਦਾ ਇਹ ਫਾਇਦਾ ਹੁੰਦਾ ਗਰਮੀ ਦੇ ਵਿੱਚ ਠੰਡੇ ਅਤੇ ਸਰਦੀ ਦੇ ਵਿੱਚ ਗਰਮ ਰਹਿੰਦੇ ਨੇ, ਬਾਕੀ ਪੱਕੇ ਜਿਹੜੇ ਮਕਾਨ ਨੇ ਉਹ ਜ਼ਿਆਦਾ ਗਰਮ ਹੋ ਜਾਂਦੇ ਨੇ। ਇਹ ਵੇਖੋ ਬਾਰਡਰ ਇੱਥੋਂ ਨਜ਼ਰ ਆ ਰਿਹਾ, ਮੈਂ ਜ਼ੂਮ ਕਰਕੇ ਉਹ ਚੈੱਕ ਕਰ ਸਕਦੇ ਹੋ, ਖੜੀਆਂ ਹੋਈਆਂ ਨੇ ਚੌਕੀਆਂ ਪਾਕਿਸਤਾਨ ਦੀਆਂ ਔਰ ਇੰਡੀਆ ਦੀਆਂ, 0 ਲਾਈਨ ਇੱਥੋਂ ਨਜ਼ਰ ਆ ਰਹੀ ਹੈ, ਇੰਨੀ ਕੁ ਕਰੀਬ ਹੈ। ਇਹ ਜੀ ਅੱਗੇ ਕਬਰਸਤਾਨ ਆਇਆ, ਕਬਰਸਤਾਨ ਦੇ ਨਾਲ ਹੀ ਗੌਰਮੈਂਟ ਪ੍ਰਾਇਮਰੀ ਸਕੂਲ ਮੌਜੂਦ ਖੜ੍ਹਾ, ਬਿਲਕੁਲ ਹੀ ਨੁੱਕਰ ਦੇ ਉੱਤੇ। ਇਹ ਸਿੱਧਾ ਰੋਡ ਬਾਰਡਰ ਦੇ 0 ਲਾਈਨ ਦੇ ਉੱਤੇ ਕੱਚੀ ਸੜਕ ਜਾ ਰਹੀ ਹੈ। ਇਹ ਜਿਹੜੇ ਘਰ ਮੌਜੂਦ ਖੜ੍ਹੇ ਨੇ ਜੀ, ਇਹ ਬਾਰਡਰ ਦੇ ਇਵੇਂ ਹੀ ਨੇ ਕਿ ਜਿਵੇਂ ਉੱਤੇ ਨੇ, ਕਿਉਂਕਿ ਇੱਥੋਂ ਬਾਰਡਰ ਨਜ਼ਰ ਆ ਰਿਹਾ, ਕੈਮਰੇ ਦੇ ਵਿੱਚ ਵੀ ਨਜ਼ਰ ਪੈਂਦੀ ਪਈ ਹੈ। ਆਪਾਂ ਹੁਣ ਜਿਹੜੇ ਪਿੰਡ 'ਤੇ ਜਾਣਾ, ਆਪਾਂ ਉਸ ਪਿੰਡ ਦੀ ਪਹਿਲੇ ਵੀ ਤੁਹਾਨੂੰ ਡਿਟੇਲ ਦੱਸ ਚੁੱਕੇ ਹਾਂ, ਉੱਥੇ ਜਾਣਾ, ਉੱਥੋਂ ਪੂਰੀ ਇਨਫੋਰਮੇਸ਼ਨ ਅਤੇ ਪੂਰਾ ਬਾਰਡਰ
ਐਨ ਬਾਰਡਰ ਦੇ ਉੱਤੇ ਜਾ ਕੇ ਤੁਹਾਨੂੰ ਦਿਖਾਵਾਂਗੇ। ਇਹ ਵੇਖੋ ਜੀ, ਇਹ ਵੀ ਇੱਕ ਛੋਟੀ ਜਿਹੀ ਆਬਾਦੀ ਆਈ, ਇੱਥੇ ਵੀ ਸਾਰੇ ਕੱਚੇ ਮਕਾਨ ਨੇ। ਕੱਚੇ ਮਕਾਨ ਇੱਥੇ ਕਿਉਂ ਨੇ, ਮੈਂ ਕੁਛ ਲੋਕ ਕਹਿੰਦੇ ਨੇ ਉਹਨਾਂ ਨੂੰ ਇਹ ਥੋੜ੍ਹਾ ਜਿਹੀ ਡਿਟੇਲ ਦੇ ਦੇਣਾ ਕਿ ਇੱਥੇ ਜਿਹੜੇ ਨੇ ਨਾ ਵਡੇਰੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਬਾਰਡਰ ਦੇ ਨਾਲ ਨਾਲ ਮੁਰੱਬਿਆਂ ਦੇ ਹਿਸਾਬ ਨਾਲ ਨੇ, 100 ਮੁਰੱਬਾ 50 ਮੁਰੱਬਾ, ਉਹਨਾਂ ਦੇ ਇਹ ਮਜ਼ਦੂਰ ਬੰਦੇ ਪਾਏ ਹੋਏ ਨੇ, ਮਜ਼ਦੂਰੀ ਉਹਨਾਂ ਦੀਆਂ ਫਸਲਾਂ 'ਚ ਕਰਦੇ ਨੇ, ਸਪਰੇਵਾਂ ਬੀ ਹੈਰਾ ਵਗੈਰਾ ਵਾਈ, ਅਤੇ ਇਹ ਉਹਨਾਂ ਦੇ ਕੱਚੇ ਮਕਾਨ ਨੇ ਤਾਂ ਕਿ ਉਹ ਮਜ਼ਦੂਰ ਹੁੰਦੇ ਨੇ, ਉਹਨਾਂ ਨੇ ਕਦੇ ਵੀ ਇੱਥੋਂ ਉੱਠ ਕੇ ਚਲੇ ਜਾਣਾ ਹੁੰਦਾ, ਉਹਦੀ ਵਜ੍ਹਾ ਤੋਂ ਉਹ ਪੱਕੇ ਮਕਾਨ ਨਹੀਂ ਬਣਾਉਂਦੇ ਕੱਚੇ, ਥੋੜ੍ਹੇ ਜਿਹੇ ਪੈਸੇ ਲਾ ਕੇ ਕਿ ਸਾਡੀ ਕੀ ਪਤਾ ਕਦੋਂ ਤਸ਼ਕੀਲ ਹੋ ਜਾਵੇ ਅਤੇ ਚਲੇ ਜਾਈਏ, ਅਤੇ ਇਹ ਉਹ ਮੇਨ ਵਜ੍ਹਾ ਜੀ। ਇਹ ਝੋਨਾ ਲੱਗਿਆ ਪਿਆ ਚਾਵਲ, ਬੜਾ ਸੋਹਣਾ ਵਿਊ ਅਤੇ ਬੜਾ ਖੂਬਸੂਰਤ ਜਿਹੜਾ ਇੱਥੇ ਇਲਾਕਾ, ਅਤੇ ਠੰਡੀ ਹਵਾ ਲੱਗੀ ਹੈ ਕਿਉਂਕਿ ਇੱਥੇ ਪਾਣੀ ਜ਼ਿਆਦਾ ਲੱਗਦਾ, ਨਾਲ ਹੀ ਬੰਦੇ ਬੱਕਰੀਆਂ ਜਿਹੜੀਆਂ ਨੇ ਉਹ ਆਦੀਆਂ ਚਰਾਰ ਫਰਾ ਰਹੇ ਨੇ। ਇਹ ਵੇਖੋ ਬਾਰਡਰ ਦੇ ਬਿਲਕੁਲ ਉੱਪਰ ਜੀ ਪਾਕਿਸਤਾਨੀ ਟਰੈਕਟਰ 385 ਜ਼ਮੀਨ ਨੂੰ ਵਾਹੁੰਦੇ ਪਏ ਨੇ, ਉਹਨੇ ਇਹ ਨਹੀਂ ਪਤਾ ਕਿ ਇੱਥੇ ਜਵਾਰ ਬੀਜੂ ਨੇ ਜਾਂ ਕੀ ਬੀਜੂ ਨੇ। ਗੁਜ਼ਰਦੇ ਪਏ ਸੀ ਰੋਡ ਤੋਂ, ਅਤੇ ਮੈਂ ਕਿਹਾ ਇਹਨਾਂ ਦਾ ਵੀ ਸੀਨ ਦੋਸਤਾਂ ਨੂੰ ਦਿਖਾ ਦਈਏ, ਇੰਡੀਅਨ ਸਾਡੇ ਜਿਹੜੇ ਦੋਸਤ ਵੇਖਦੇ ਨੇ ਉਹਨਾਂ ਨੂੰ, ਚਲੋ ਇਹ ਵੀ ਵੇਖ ਲਓ ਕਿ ਪਾਕਿਸਤਾਨ ਦੇ ਵਿੱਚ ਟਰੈਕਟਰ ਕਿਸ ਤਰ੍ਹਾਂ ਦੇ ਨੇ, ਬਾਈ ਕਿਸ ਤਰ੍ਹਾਂ ਹੁੰਦੀ। ਪਾਕਿਸਤਾਨੀ ਦੋਸਤਾਂ ਨੂੰ ਤਾਂ ਫਿਰ ਪਤਾ ਕਿਹੜਾ ਟਰੈਕਟਰ ਅਤੇ ਕੀ ਹਿਸਾਬ ਕਿਤਾਬ। ਇਹ ਵੀ 85 ਜੀ, ਇਹ ਇੱਕ ਦੂਸਰੇ ਦੇ ਨਾਲ, ਉਹ ਵੇਖੋ ਅੱਗੇ ਜ਼ੀਰੋ ਲਾਈਨ ਤਾਰਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਨੇ, ਬਿਲਕੁਲ ਬਾਰਡਰ ਦੇ ਉੱਤੇ ਇਹ ਵਾਲਾ ਟਰੈਕਟਰ ਜਿਹੜਾ ਕਿ ਫਿਰਨ ਡਿਆ। ਤੁਹਾਡੇ ਅਰਜ਼ ਕਰਨਾ ਠੰਡੀ ਬੋਤਲ ਬਹਾਰ, ਠੰਡੀ ਬੋਤਲ ਬਹਾਰ ਬੋਤਲ ਮਰੰਡੇ ਵਾਲੀ ਬੋਤਲ, ਕੌਣ ਕਿਸੇ ਕੋਲ ਆਉਂਦਾ, ਕਿਸਮਤ ਲਿਆਂਦੀ ਡੋਰ, ਦਾਣਾ ਪਾਣੀ ਆਪਣਾ ਤੇ ਹੱਥ ਮਾਲਕ ਦੇ ਡੋਰ, ਜਾ ਰਾਜੀ ਪੀਂਦੇ ਜਾਓ ਤੇ ਖੁਸ਼ ਹੁੰਦੇ ਜਾਓ। ਬੀਬਰੋ ਤੁਹਾਡਾ ਕੁਛ ਨਹੀਂ ਜਾਣਾ, ਇੱਕ ਬਟਨ ਦਬਾਣੇ ਸੇ ਹਮਾਰਾ ਕੰਮ ਬਣ ਜਾਏਗਾ, ਬਹੁਤ ਮਿਹਰਬਾਨੀ ਹੋਗੀ ਬੀਬਰੋ, ਇਹ ਤੁਹਾਡੀ ਖਾਤਰ ਅਸੀਂ ਜੀ ਮਿਹਨਤ ਕਰ ਰਹੇ ਹਾਂ, ਬਾਰਡਰ ਟੋਰ ਫੇਰ ਕੇ ਦਿਖਾ ਰਹੇ ਹਾਂ ਬੀਬਰਾਂ ਨੂੰ। ਜਨਾਬ ਤੁਸੀਂ ਪੀਣੀ ਤਾਂ ਪੀਵੋ, ਨਹੀਂ ਤਾਂ ਗਣੀ ਠੋਕਣਾ ਵਿਖਾਓ, ਮੈਂ ਤਾਂ ਆਪ ਇਕੱਲਾ ਪੀ ਜਾਵਾਂਗਾ। ਅਸੀਂ ਹੁਣ ਇੰਟਰ ਹੋ ਗਏ ਹਾਂ ਜੀ ਉਸ ਪਿੰਡ ਦੇ ਵਿੱਚ, ਜਿਹੜੇ ਪਿੰਡ ਦੀ ਮੈਂ ਅੱਗੇ ਤੁਹਾਨੂੰ ਹਿਸਟਰੀ ਦੱਸ ਚੁੱਕੇ ਹਾਂ, ਠੂਠਿਆਂ ਵਾਲਾ ਪਿੰਡ ਹੈ ਜੀ ਇਹ, ਪਿੰਡ ਦੇ ਬਾਜ਼ਾਰ ਨੇ, ਬਾਰਡਰ ਦੇ ਜ਼ੀਰੋ ਲਾਈਨ ਨੂੰ ਟੱਚ ਕਰਦਾ ਇਹ ਵਾਲਾ ਪਿੰਡ, ਠੀਕ ਹੈ। ਇੱਥੋਂ ਦੇ ਲੋਕ ਜਿਹੜੇ ਨੇ ਉਹ ਵੀ ਵੇਖਦੇ ਹਾਂ ਕਿਵੇਂ ਰਹਿੰਦੇ ਨੇ ਕੀ ਕਰਦੇ ਨੇ। ਇਹ ਉਸ ਪਿੰਡ ਦੇ ਬਾਜ਼ਾਰ, ਖੂਬਸੂਰਤ ਇਹ ਬੋਰਡ ਲੱਗਿਆ ਹੋਇਆ ਜੀ, ਨਾਲ ਹੀ ਮਾਸ਼ਾਅੱਲਾ ਬੜੀ ਸੋਹਣੀ ਖੂਬਸੂਰਤ ਜਿਹੜੀ ਹੈ ਮਸਜਿਦ ਬਣਾਈ ਹੋਈ ਹੈ, ਪਿੰਡ ਦੇ ਵਿੱਚ ਪੱਕੀ ਸੜਕ ਜਿਹੜੀ ਹੈ ਉਹ ਇਹ ਵੇਖੋ ਆ ਰਹੀ ਹੈਗੀ ਹੈ, ਖੂਬਸੂਰਤ ਨਜ਼ਾਰਾ ਹੈ ਜੀ। ਚੱਲ ਕੇ ਬਾਰਡਰ ਜਿਹੜਾ ਉਹ ਆਪਾਂ ਦਿਖਾਵਾਂਗੇ, ਵੀਡੀਓ ਨੂੰ ਪੂਰਾ ਵਾਚ ਕਰਨਾ ਅਤੇ ਸਬਸਕ੍ਰਾਈਬ ਚੈਨਲ ਜਿਹੜਾ ਉਹ ਲਾਜ਼ਮੀ ਕਰਨਾ, ਸਬਸਕ੍ਰਾਈਬ ਕਰਨ ਤੋਂ ਬਗੈਰ ਨਹੀਂ ਜਾਣਾ। ਵੀਡੀਓ ਬੜੀ ਚੰਗੀ ਅਤੇ ਇੰਟਰਸਟਿੰਗ ਵੀਡੀਓ ਹੈ, ਬੜਾ ਨਜ਼ਾਰਾ ਆਉਣ ਵਾਲਾ ਅੱਜ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਬੜੀਆਂ ਅੱਛੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਈਦੀਆਂ ਨੇ ਬਾਰਡਰ ਦੀਆਂ। ਅੱਜ ਅਸੀਂ ਜਿਹੜੀ ਜਗ੍ਹਾ 'ਤੇ ਪਹੁੰਚੇ ਹਾਂ ਨਾ, ਪਹਿਲੇ ਮੌਸਮ ਵਿਖਾ ਇੱਧਰ ਕਿ ਅਸੀਂ ਜ਼ੂਮ ਕਰਕੇ ਉਹ ਟਰੈਕਟਰ ਕੈਮਰੇ ਦੇ ਵਿੱਚ ਨਜ਼ਰ ਆ ਰਿਹਾ ਹੋਣਾ, ਇਹ ਇੰਡੀਆ ਦਾ ਟਰੈਕਟਰ ਚੱਲ ਰਿਹਾ ਜੀ। ਇੱਥੋਂ ਪਾਕਿਸਤਾਨ ਦਾ ਜਿਹੜਾ ਜ਼ਿਲ੍ਹਾ ਬਹਾਵਲ ਨਗਰ ਹੈ, ਸੂਬਾ ਸਟੇਟ ਪੰਜਾਬ ਹੈ, ਔਰ ਇੰਡੀਆ ਦਾ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਇਹ ਰਾਜਸਥਾਨ ਹੈ। ਪਿੰਡ ਇੱਥੋਂ ਕਾਕੂਕਾ ਵੀ ਹੈ, ਔਰ 26 ਆਰ ਬੀ ਪਿੰਡ ਜਿਹੜਾ ਸਾਹਮਣੇ ਜਿਹੜਾ ਪਾਕਿਸਤਾਨ ਦਾ ਪਿੰਡ ਹੈ। ਇਹ ਠੂਠਿਆਂ ਵਾਲੇ 'ਤੇ ਵਿਖਾ ਜੀ, ਇਹ ਠੂਠਿਆਂ ਵਾਲੇ ਦੇ ਅਸੀਂ ਲਾਸਟ ਆਖਰੀ ਮੁਕਾਮ 'ਤੇ ਖੜ੍ਹੇ ਹੋਏ ਹਾਂ। ਇਹ ਪਿੰਡ ਹੈ ਆਖਰੀ ਪਾਕਿਸਤਾਨ ਦਾ ਪਿੰਡ, ਔਰ ਪਿੰਡ ਇਵੇਂ ਹੀ ਹੈ ਬਾਰਡਰ ਤੋਂ। ਮੈਂ ਇੱਥੇ ਤੁਹਾਨੂੰ ਜਗ੍ਹਾ ਜਾ ਕੇ ਵਿਖਾਵਾਂਗਾ, ਅਗਰ ਮੈਂ ਪੈਰ ਪਰਾਂ ਰੱਖਣਾ ਤਾਂ ਮੈਂ ਇੰਡੀਆ ਦੇ ਵਿੱਚ ਦਾਖਲ ਹੋ ਜਾਵਾਂਗਾ। ਪਿੰਡ ਦਾ ਹੀ ਪੂਰਾ ਉੱਥੋਂ ਕੈਮਰਾ ਦਿਖਾ ਤਾਂ ਕਿ ਪਾਕਿਸਤਾਨੀ ਪਿੰਡ ਵੀ ਪੂਰਾ ਜਿਹੜਾ ਨਾ, ਜਿਹੜੇ ਸਾਡੇ ਵੀਰ ਇੰਡੀਆ ਤੋਂ ਵੇਖਦੇ ਨੇ
ਉਹਨਾਂ ਨੂੰ ਪੂਰਾ ਨਜ਼ਰ ਆਵੇ। ਹੌਲੀ ਹੌਲੀ ਕੈਮਰਾ ਘੁਮਾ, ਹਿਲਾਉਣਾ ਨਹੀਂ, ਸਕੂਨ ਨਾਲ ਕੈਮਰਾ ਜਿਹੜਾ ਨਾ ਉਹ ਚੱਲਦਾ ਆਵੇ। ਫਿਰ ਲੋਕੇਸ਼ਨ ਵੀ ਮੈਂ ਵਿਖਾਉਣਾ, ਇਹਦਾ ਕੋਡ ਕੀ ਹੈ ਭਾਈ ਮੋਬਾਈਲ ਦਾ? ਅੱਛਾ ਪਤਾ ਲੱਗ ਗਿਆ, ਠੀਕ ਹੈ। ਇਹ ਵੇਖ ਕਮਾਲ ਹੈ ਜੀ, ਇਹ ਪਿੰਡ ਪਾਕਿਸਤਾਨੀ ਠੂਠਿਆਂ ਵਾਲਾ ਲਾਸਟ ਪਿੰਡ ਇੱਧਰ ਆ। ਹੁਣ ਉਹ ਟਰੈਕਟਰ ਜ਼ੂਮ ਕਰਕੇ ਵਿਖਾਈ, ਹੁਣ ਇੱਧਰ ਮੇਰੇ ਤੋਂ ਲਾ ਉੱਥੇ ਖੜੋ ਕੇ ਕੈਮਰਾ। ਇੱਧਰ ਵੇਖੋ ਜੀ, ਇਹ ਜਿਹੜੀ ਤਾਰ ਨੂੰ ਮੈਂ ਹੱਥ ਲਾਈ ਖੜਾ ਨਾ, ਇਹ ਤਾਰ ਇਸ ਤੋਂ ਲਾਈ ਹੈ ਤਾਂ ਕਿ ਪਾਕਿਸਤਾਨੀ ਕੋਈ ਬੱਚਾ ਜਾਂ ਕੋਈ ਡੰਗਰ ਵਗੈਰਾ ਇੱਧਰ ਨਾ ਚਲਾ ਜਾਵੇ। ਇਹ ਜਿਹੜੀ ਸੜਕ ਚੱਲਦੀ ਨਜ਼ਰ ਆ ਰਹੀ ਲੈਣਾ, ਇਹ ਪਾਕਿਸਤਾਨ ਦੀ ਲੈਣ, ਉਹ ਪਰਲੀ ਸੜਕ ਉਹ ਇੰਡੀਆ ਦੀ ਹੈ। ਇੱਥੋਂ ਮੇਰੇ ਇੱਕ ਕਦਮ ਤੋਂ ਮੈਂ ਇੱਧਰ ਕਰਨਾ, ਸਮਝ ਲਓ ਕਿ ਇੰਡੀਆ ਦੇ ਵਿੱਚ ਮੇਰਾ ਕਦਮ ਰੱਖਿਆ ਗਿਆ। ਬਿਲਕੁਲ ਨਜ਼ਦੀਕ ਇੱਥੇ ਉਹ ਟਰੈਕਟਰ ਤੇ ਦਿਖਾਵੇ ਨੇ ਟਰੈਕਟਰ, ਇਹ ਜਿਹੜੇ ਬੂਝੇ ਸਾਹਮਣੇ ਤੋਂ ਨਜ਼ਰ ਆ ਰਹੇ ਨੇ ਜੜੀਆਂ ਬੂਟੀਆਂ, ਇਹ ਇੰਡੀਆ ਦੇ ਵਿੱਚ ਨੇ। ਇੱਥੋਂ ਸਿਰਫ ਇੱਕ ਕਦਮ ਤੋਂ ਇੰਡੀਆ ਸਟਾਰਟ ਹੁੰਦਾ ਪਿਆ, ਕੋਈ ਦੂਰ ਨਹੀਂ, ਕੋਈ ਕੁਛ ਨਹੀਂ। ਉਹ ਪਿੰਡ ਨਜ਼ਰ ਆ ਰਿਹਾ, ਵਿੱਚ ਟਾਵਰ ਵੀ ਲੱਗਿਆ ਹੋਇਆ ਮੌਜੂਦ ਹੈ, ਉਹਨਾਂ ਦੀਆਂ ਸਿਮ ਕਿਸੇ ਕੰਪਨੀ ਦਾ ਹੋਏਗਾ, ਪਿੰਡ ਦੇ ਵਿੱਚ ਲੱਗਿਆ ਉਹ ਨਜ਼ਰ ਆਉਂਦਾ ਪਿਆ। ਟਰੈਕਟਰ ਤੇ ਜ਼ੂਮ ਕਰਕੇ ਵਿਖਾਈ ਨਾ, ਟਰੈਕਟਰ ਕੀ ਕਰਦਾ ਫਿਰਦਾ? ਟਰੈਕਟਰ ਵੱਟਾਂ ਪਾਉਂਦਾ। ਬਾਕੀ ਇੱਧਰ ਇੱਧਰ ਲੋਕੇਸ਼ਨ ਵਿਖਾ ਕਿ ਅਸੀਂ ਜਿੱਥੇ ਖੜੇ ਹੋਏ ਹਾਂ ਉੱਤੇ ਫੋਕਸ ਕਰ ਲਈ, ਸਕਰੀਨ 'ਤੇ ਫੋਕਸ ਕਰ। ਇਹ ਵੇਖੋ ਜੀ, ਆ ਰਿਹਾ ਵਿੱਚ ਨਜ਼ਰ ਕੁਛ ਇੱਧਰਲੇ ਪਾਸੇ? ਹੋ ਅਸਲ ਨਾ ਆਉਣ ਆਏਗਾ। ਇਹ ਚੈੱਕ ਕਰੋ ਜੀ, ਇਹ ਮਸਜਿਦ ਦਾ ਏਰੀਆ, ਇਹਨੂੰ ਥੋੜ੍ਹਾ ਜਿਹਾ ਕਰੀ ਨਾ ਕਲੋਜ਼। ਚਲ ਇਹ ਵੇਖੋ ਜੀ, ਇਹ ਇੰਡੀਆ ਲਾਈਨ ਦੇ ਉੱਤੇ ਬਿਲਕੁਲ ਸਾਡੀ ਲੋਕੇਸ਼ਨ ਆ ਰਹੀ, ਇੰਡੀਆ ਵਾਲੀ ਸਾਈਡ 'ਤੇ ਅਨਮੋਲ ਸ਼ੌਪ ਆ ਰਿਹਾ, 26 RB ਦਾ ਆ ਰਿਹਾ, ਅਤੇ ਇੰਡੀਆ ਲਾਈਨ ਅੱਗੇ ਦਿਖਾ, ਇਹ ਸਾਰੇ ਪਿੰਡ ਆ ਰਹੇ ਨੇ ਜੀ। ਅਗਰ ਸਾਡਾ ਕੋਈ ਦੋਸਤ ਇੰਡੀਆ ਤੋਂ ਇਸ ਪਿੰਡਾਂ ਦੇ ਵਿੱਚ ਹੋਵੇ ਤਾਂ ਉਹ ਜ਼ਰੂਰ ਕਮੈਂਟ ਦੇ ਵਿੱਚ ਦੱਸੇ। ਇੱਧਰ ਪਾਕਿਸਤਾਨ ਦੇ ਵਿੱਚ ਰਾਜੂ ਵਾਲਾ ਜਿਹੜਾ ਉਹਦਾ ਏਰੀਆ ਸ਼ੋ ਹੋ ਰਿਹਾ। ਬਾਕੀ ਇਹ ਪਿੰਡ ਜੀ ਲੱਖਾ ਹਾਕਮ ਲੱਖਾ ਟਿੱਬਾ ਉਧਰਲੀ ਸਾਈਡ 'ਤੇ ਆ ਰਹੇ ਨੇ, 25 9 28 RB ਇਹ ਸਾਰੇ ਪਿੰਡ ਮੌਜੂਦ ਨੇ ਜੀ। ਅਤੇ ਬਾਕੀ ਇਹ ਜਵਾਨ ਪਾਉਂਦੇ ਫਿਰਦੇ ਨੇ ਇੱਥੇ ਖੇਲੀਆਂ, ਸਾਡੇ ਵੱਲ ਦੇ ਇੱਧਰਲੀ ਸਾਈਡ 'ਤੇ ਬਹੁਤ ਜ਼ਿਆਦਾ ਨਰਮਾ ਹੋ ਰਿਹਾ, ਉਧਰਲੀ ਸਾਈਡ ਦਾ ਹੁਣ ਵੇਖੋ ਪਤਾ ਨਹੀਂ ਨਰਮਾ ਲਾ ਰਹੇ ਨੇ ਜਾਂ ਕਿਸ ਚੀਜ਼ ਦੀਆਂ ਖੇਲੀਆਂ ਕੱਢ ਰਹੇ ਨੇ। ਬਿਲਕੁਲ ਜੀ, ਜਦੋਂ ਟਾਈਮ ਸੈਕਿੰਡ, ਹੁਣ ਥੋੜ੍ਹਾ ਜਿਹਾ ਦੁਪਹਿਰ ਦਾ ਟਾਈਮ ਹੈ, ਜਦੋਂ ਇੱਥੇ ਹੋ ਜਾਂਦਾ ਨਾ ਟਾਈਮ ਸ਼ਾਮ ਦਾ, ਮਤਲਬ 3 4 5 6 ਟਾਈਮ, ਉਦੋਂ ਉੱਧਰੋਂ ਜਿਹੜਾ ਲੋਕ ਮੱਝਾਂ ਗਾਵਾਂ ਬੱਕਰੀਆਂ ਵੀ ਉਹ ਚਰਾਣ ਇੱਥੇ ਲੈ ਆਉਂਦੇ ਨੇ। ਹੁਣ ਵੇਟ ਕਰਨੇ ਆ, ਅਗਰ ਖੁਦਾ ਕਰੇ ਜੇ ਕੋਈ ਆ ਜਾਵੇ ਤਾਂ ਫਿਰ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ। ਇਹ ਗੇਟ ਹੈ ਜਿੱਥੋਂ ਇੰਡੀਅਨ ਉਰੇ ਪਾਕਿਸਤਾਨ ਦੇ ਵਿੱਚ ਇੰਟਰ ਹੋ ਕੇ, ਇਹ ਜਿਹੜੀ ਉਹਨਾਂ ਦੀ ਜ਼ਮੀਨ ਹੈ, ਇਹ ਗੰਦਮ ਕੱਟੀ ਪਈ ਹੈ, ਇਹ ਉਹਨਾਂ ਦੀ ਜ਼ਮੀਨ ਹੈ, ਇਹ ਜੜੀਆਂ ਬੂਟੀਆਂ ਵਾਲੀ ਜ਼ਮੀਨ ਵੀ ਉਹਨਾਂ ਦੀ ਹੈ। ਇੱਥੇ ਆ ਕੇ ਉਹ ਆਪਦੇ ਹਲ ਚਲਾਉਂਦੇ ਨੇ, ਟਰੈਕਟਰ ਚਲਾਉਂਦੇ ਨੇ, ਹਰਨੀਆਂ ਨੀਲੇ ਨੀਲ ਗਾਏ ਉਹ ਵੀ ਜਿਹੜੀਆਂ ਨੇ ਇੱਥੇ ਸ਼ਾਮ ਨੂੰ ਆਉਂਦੇ ਨੇ, ਹੁਣ ਦੁਪਹਿਰ ਹੁਣ ਕਿਧਰੇ ਸ਼ਾਮ ਉਹ ਟਿੱਕੀਆਂ ਬੈਠੀਆਂ ਹੋਣੀਆਂ ਨੇ। ਅਤੇ ਇਹ ਜੀ ਲਾਸਟ ਆਖਰੀ ਬੁਰਜੀ, ਇਸ ਤੋਂ ਅੱਗੇ ਇਹ ਲਾ ਲਾਈ ਮੇਰੇ ਇੱਥੇ
ਲਓ ਜੀ ਮੈਂ ਇਹ ਜਿਹੜਾ ਨਾ ਇਹ ਥੋੜ੍ਹਾ ਜਿਹਾ ਇਹ ਚੁੱਕਿਆ, ਇਹਨੂੰ ਇੰਡੀਆ ਦੇ ਵਿੱਚ ਸੱਟਨੇ ਆ ਤਾਂ ਕਿ ਅਸੀਂ ਕੋਈ ਚੀਜ਼ ਉੱਧਰ ਸੱਟਦੇ। ਲਓ ਜੀ ਇਹ ਇੰਡੀਆ ਦੇ ਵਿੱਚ ਜਿਹੜਾ ਨਾ ਮੈਂ ਤੁਹਾਡਾ ਨਿੱਕਾ ਜਿਹਾ ਰੋੜਾ ਸੱਟਿਆ। ਚਲੋ ਆਪਾਂ ਨੂੰ ਤਾਂ ਨਹੀਂ ਅਲਾਊਡ, ਚਲੋ ਕੋਈ ਚੀਜ਼ ਤਾਂ ਸੱਟ ਦੇਈਏ ਨਾ, ਕੀ ਖਿਆਲ ਹੈ? ਪਾਕਿਸਤਾਨੀ ਉਧਰ ਇੰਡੀਅਨ ਆਰਮੀ ਹੁੰਦੀ, ਤੋਂ ਆਪਣਾ ਗਸ਼ਤ ਵਗੈਰਾ ਜਿਹੜਾ ਨਾ ਕਰਦੇ ਨੇ, ਚੈਕਿੰਗ ਵਗੈਰਾ ਕਰਦੇ ਨੇ, ਤੇ ਇਹ ਨਿਜ਼ਾਮ ਹੈ। ਬਾਕੀ ਕਾਫੀ ਪਾਕਿਸਤਾਨੀ ਚੀਜ਼ਾਂ ਨੇਰੀ ਨੂਰੀ ਨਾਲ ਹਵਾ ਨਾਲ ਉੱਡ ਤੇ ਉਹ ਇੰਡੀਆ ਵਾਲੀ ਸਾਈਡ ਤੇ ਗਈਆਂ ਪਈਆਂ ਨੇ, ਤੇ ਉਹਨਾਂ ਵਾਲੀ ਸਾਈਡ ਤੇ ਅੱਗ ਲੱਗੀ ਪਈ ਨਾ। ਇੱਥੇ ਸਾਰੀ ਕਣਕ ਸੀ, ਕਣਕ ਜਦੋਂ ਹਾਰਵੈਸਟਿੰਗ ਹੋ ਗਈ, ਬਾਕੀ ਜਿਹੜੀ ਜੜੀਆਂ ਬੂਟੀਆਂ ਇੰਡੀਆ ਨੂੰ ਕੱਪ ਦੇਣਾ ਚਾਹੁੰਦਾ ਬਗੈਰ ਖੂੰਡੀ ਤੋਂ। ਉਹ ਕੱਪਾਂ ਚ ਨੀ ਪੀਂਦੇ, ਉਹ ਪੀਂਦੇ ਨੇ ਚਾਹ ਗਲਾਸਾਂ ਚ, ਕੱਚ ਦੇ ਹੁੰਦੇ ਨੇ ਗਲਾਸ, ਆ ਫਿਲਮਾਂ ਸ਼ਿਲਮਾਂ ਚ ਵੇਖੀ ਦਾ ਨਾ, ਉਹ ਉਹਨਾਂ ਚ ਪੀਂਦੇ ਨੇ। ਕੋਈ ਗੱਲ ਨੀ, ਆਪਾਂ ਤਾਂ ਸਿੱਟਣਾ ਹੀ ਹੈ, ਲੈਣ ਕ੍ਰਾਸ ਕਰਾਣਾ ਆਪਣੇ ਵਾਸਤੇ, ਵੇਖ ਲੈਣ ਕ੍ਰਾਸ ਕਰਾਣਾ ਜੀ। ਹਾਂਜੀ ਵਾਹ ਜੀ ਵਾਹ। ਲਓ ਜੀ ਇਹਨਾਂ ਨੇ ਵੀ ਇੰਡੀਆ 'ਚ ਕੋਈ ਨਾ ਕੋਈ ਸ਼ੈਨ ਸਾੜ ਦਿੱਤੇ ਆਪਣੇ ਵਾਸਤੇ। ਹਾਂ ਤੇ ਜਨਾਬ ਬੜੀ ਅੱਜ ਮੁਸ਼ਕਲ ਕਰੀ ਸਾਹਿਬ, ਤੁਸੀਂ ਇੰਡੀਆ 'ਚ ਪੈਰ ਰੱਖਣਾ ਚਾਹੁੰਦੇ ਜੀ? ਬਿਲਕੁਲ ਜਾਓ ਰੱਖ ਤੇ ਆਓ। ਕਾਸ਼ ਅਸੀਂ ਕੱਪ ਹੁੰਦੇ ਅੱਜ, ਸਾਨੂੰ ਵੀ ਲਿਆ ਪਤਾ ਨਹੀਂ ਪਰਾ ਸਾੜਦਾ। ਇਹਦੇ ਬਰਾਬਰ ਇਦੂ ਪਾਕਿਸਤਾਨ ਦਾ ਪਿੰਡ, ਉਦੋਂ ਇੰਡੀਆ ਦਾ ਪਿੰਡ, ਇਸੇ ਤਰ੍ਹਾਂ ਪਹਿਲੇ ਵਲੋਗ ਚ ਬਰਾਬਰ ਪਿੰਡ ਨਹੀਂ ਆਏ, ਜਿਸ ਤਰ੍ਹਾਂ ਅੱਜ ਦਾ ਇਦੂ ਪਾਕਿਸਤਾਨ ਦਾ ਪਿੰਡ, ਉਦੋਂ ਇੰਡੀਆ ਦਾ ਪਿੰਡ। ਪਹਿਲੀ ਦਫਾ ਇਸ ਵਲੋਗ VIP ਦੀ ਇਨਸ਼ਾਅੱਲਾ ਪਹਿਲੀ ਦਫਾ ਤੁਹਾਨੂੰ ਦੇਖਣੇ ਨੂੰ ਮਿਲ ਸੀ ਕਿ ਪਾਕਿਸਤਾਨ ਔਰ ਇੰਡੀਆ ਦਾ ਬਰਾਬਰ ਪਿੰਡ। ਤੇ ਅਸੀਂ ਜਨਾਬ ਪਹਿਲੇ ਬੜੇ ਵਲੋਗ ਬਣਾ, ਲੇਕਿਨ ਜਿਹੜਾ ਅੱਜ ਵਾਲਾ ਵਲੋਗ ਹੈ ਬੜਾ VIP ਤੇ ਹੈ ਵੀ ਬਾਰਡਰ ਦੀ ਲੈਣ ਦੇ ਉੱਤੇ ਵਲੋਗ। ਇਸ ਤਰ੍ਹਾਂ ਪਹਿਲੇ ਵੀ ਵਲੋਗ ਹਨ, ਲੇਕਿਨ ਉਹ ਥੋੜੇ ਥੋੜੇ ਦੂਰ ਦਿਨ, ਅੱਜ ਵਾਲਾ ਵਲੋਗ ਬਾਰਡਰ ਦੀ ਲੈਣ ਦੇ ਉੱਤੇ ਆ ਰਹੀ ਹੈ। ਬੜੀ ਮਿਹਨਤ ਮੁਸ਼ਕਤ ਕੀਤੀ ਤੇ ਨਾਜ਼ਰੀਨ ਤੁਸੀਂ ਮੁਹੱਬਤ ਫਰਮਾ ਤੇ ਸਾਨੂੰ ਕਮੈਂਟ ਵੀ VIP ਕਰਨੇ ਤੇ ਜਨਾਬ ਸਾਨੂੰ ਤੁਸੀਂ ਜਿਹੜਾ ਨਾ ਮੁਹੱਬਤ ਦੇਣੀ ਹੈ ਇਸ ਵਲੋਗ ਦੀ। ਅੱਜ ਸਫ਼ਰ ਅਸੀਂ 150 ਕਿਲੋਮੀਟਰ ਬੰਦ ਕਰਤੇ ਹੈ, ਧੁੱਪ ਵੀ ਬੜੀ ਹੈ, ਨਾ ਦੇ ਆਏ ਹਾਂ, ਤੇ ਜਨਾਬ ਜਿਹੜਾ ਨਾ ਤੁਸੀਂ ਮੁਹੱਬਤ ਪਿਆਰ ਸਾਨੂੰ ਜ਼ਰੂਰ ਦੇਣਾ। ਤੇ ਆਹ ਮੈਂ ਜੀ ਇੰਡੀਆ 'ਚ ਪੈਰ ਦੁਬਾਰਾ ਰੱਖ ਤੇ ਆਪਦੇ ਸ਼ਹਿਰ ਮਿੰਚਨਾਬਾਦ ਨੂੰ ਵਾਪਸ ਚੱਲੇ ਹਾਂ ਜੀ। ਪਾਕਿਸਤਾਨ ਜ਼ਿੰਦਾਬਾਦ। ਬਸ ਮੁੜ ਵੀਵਰਾਂ ਵਾਸਤੇ ਕਰ ਰਿਹਾ ਨਾ ਸਾਰਾ ਕੁਝ, ਕਿਉਂਕਿ ਵੀਵਰ ਸਾਡੇ ਬੜੇ ਮੁਹੱਬਤ ਵਾਲੇ, ਉਹਨਾਂ ਨਾਲ ਥੋੜਾ ਥੋੜਾ ਦਿਖਾਉਂਦੇ ਚੱਲੀਏ ਨਾ। ਇਹ ਜਿਹੜੇ ਮੈਂਬਰ ਹੁੰਦੇ ਨਾ ਮੈਂਬਰ, ਇਹ ਵੀ ਇੱਕ ਫੈਮਿਲੀ ਮੈਂਬਰ ਤਰ੍ਹਾਂ ਹੁੰਦੇ, ਜਿਵੇਂ ਆਪਣੇ ਘਰ ਦੇ ਨੀ ਜੀ ਹੁੰਦੇ, ਇਸੇ ਤਰ੍ਹਾਂ ਵੀਵਰਾਂ ਨਾਲ ਵੀ ਅਸੀਂ ਐਵੇਂ ਮੁਹੱਬਤ ਪਿਆਰ ਕਰਨਾ, ਸਭ ਕੁਝ ਕਰ ਰਹੇ ਹਾਂ ਵੀਵਰਾਂ ਵਾਸਤੇ ਜੀ।